ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਦੱਸਦੇ ਕਿ ਅੱਜ ਸੀਐਮ ਮਾਨ ਦੀ ਰਿਹਾਇਸ਼ ਦਾ ਘਿਰਾਓ ਹੋਣਾ ਸੀ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ, ਤਾਂ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਜਾਇਆ ਜਾਣਾ ਸੀ ਇਸ ਇਕੱਠ ਦੇ ਵਿੱਚ, ਤਾਂ ਪੁਲਿਸ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ। ਨਾਲ ਹੀ ਕੁਝ ਨੌਜਵਾਨ ਨੇ ਜਿਨ੍ਹਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਭਾਨੇ ਸਿੱਧੂ ਦੇ ਹੱਕ ਵਿੱਚ। ਸੰਗਰੂਰ ਦੇ ਵਿੱਚ ਵਿਸ਼ਾਲ ਇਕੱਠ ਹੋਣਾ ਹੈ ਔਰ ਇਹ ਸਾਰੇ ਆਗੂਆਂ ਨੇ ਉਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ। ਕਿਸਾਨ ਆਗੂ ਰੁਲਦੂਰ ਸਿੰਘ ਮਾਨਸਾ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ। ਦੱਸਦੇ ਕਿ 1 ਫਰਵਰੀ ਨੂੰ MP ਸਿਮਰਨਜੀਤ ਸਿੰਘ ਮਾਨ ਨੂੰ ਵੀ ਉਹਨਾਂ ਦੇ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਤਾਂ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ। ਰੁਲਦੂ ਸਿੰਘ ਮਾਨਸਾ ਸਣੇ ਹੋਰ ਕਈ ਕਿਸਾਨ ਆਗੂ ਨੇ, ਨੌਜਵਾਨ ਨੇ ਜਿਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ। ਦੱਸਦੇ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਅੱਜ ਆਵਾਜ਼ ਬੁਲੰਦ ਕੀਤੀ ਜਾਣੀ ਸੀ। ਬਹੁਤ ਸਾਰੇ ਲੀਡਰ, ਬਹੁਤ ਸਾਰੇ ਲੋਕ ਨੇ ਜਿਹੜੇ ਸੰਗਰੂਰ ਦੇ ਵਿੱਚ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਲਈ ਪਹੁੰਚ ਰਹੇ ਸੀ, ਤਾਂ ਰੁਲਦੂ ਸਿੰਘ ਮਾਨਸਾ ਨੂੰ ਪਹਿਲਾਂ ਹੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੂੰ ਸਾਥੀਆਂ ਸਮੇਤ ਪੁਲਿਸ ਨੇ ਘਰ ਦੇ ਵਿੱਚ ਨਜ਼ਰਬੰਦ ਕੀਤਾ। ਸੰਗਰੂਰ ਦੇ ਵਿੱਚ ਅੱਜ ਵੱਡਾ ਇਕੱਠ ਹੋਣਾ ਸੀ, ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਸ਼ਮੂਲੀਅਤ ਕਰਨੀ ਸੀ। ਕਈ ਕਿਸਾਨ ਆਗੂ ਨੇ ਜਿਨ੍ਹਾਂ ਨੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਣਾ ਸੀ, ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਭਾਨਾ ਸਿੱਧੂ ਪਿਛਲੇ ਕਈ ਦਿਨਾਂ ਤੋਂ ਪੁਲਿਸ ਦੇ ਹਿਰਾਸਤ ਵਿੱਚ ਹੈ। ਇੱਕ ਤੋਂ ਬਾਅਦ ਇੱਕ ਕਰਕੇ ਉਸ ਤੇ ਪਰਚੇ ਦਰਜ ਕੀਤੇ ਗਏ ਨੇ, ਤਾਂ ਉਸਨੇ ਇਹ ਵੀ ਕਿਹਾ ਸੀ ਕਿ ਲੋਕਾਂ ਦੀ ਆਵਾਜ਼ ਉਹ ਚੁੱਕਦੇ ਰਹਿਣਗੇ, ਲੜਾਈ ਲੜਦੇ ਰਹਿਣਗੇ। ਤਾਂ ਉਹਨਾਂ ਦੇ ਹੱਕ ਦੇ ਵਿੱਚ ਸੰਗਰੂਰ ਵਿਖੇ ਸੀਐਮ ਮਾਨ ਦੀ ਕੋਠੀ ਦਾ ਘਿਰਾਓ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਰੁਲਦੂ ਸਿੰਘ ਮਾਨਸਾ, ਇੰਦਰਪਾਲ ਸਿੰਘ ਬੈਂਸ ਨੇ, ਹੋਰ ਕਈ ਨੌਜਵਾਨ ਨੇ ਜਿਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ। ਮੇਰਾ ਖਿਆਲ ਹੈ ਸਰਕਾਰ ਦਾ ਇਸ ਗੱਲ ਤੇ ਧੱਕਾ ਹੈ, ਕਿਉਂ ਮੈਨੂੰ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਦਾ ਫੋਨ ਹੁਣੇ ਆਇਆ, ਉਹ ਕਹਿੰਦਾ ਵੀ ਮੇਰੇ ਵਰਗੇ ਪੁਲਿਸ ਲਾ ਛੱਡੀ ਹੈ। ਮੈਂ ਲੱਖੋ ਦੇ ਆਗੂ ਨਾਲ ਗੱਲ ਕਰੀ, ਨਿਰਮਲ ਝੰਡੂਕੇ ਨਾਲ, ਉਹਦੇ ਨਾਲ ਵੀ ਕਿਵੇਂ ਆ ਤਿਆਰੀ, ਉਹ ਕਹਿੰਦਾ ਮੇਰੇ ਵੀ ਵਰਗੇ ਪੁਲਿਸ ਲਾ ਛੱਡੀ ਹੈ। ਜਿੰਨੇ ਵੀ ਲੀਡਰਾਂ ਨਾਲ ਮੇਰਾ ਉੱਤੇ ਗੱਲਬਾਤ ਹੋਈ ਹੈ, ਸਾਰੇ ਲੀਡਰਾਂ ਨੂੰ ਘਰੇ ਹੀ ਮਤਲਬ ਇੱਕ ਤਰ੍ਹਾਂ ਦਾ ਨਜ਼ਰਬੰਦ ਕਰਿਆ ਹੋਇਆ। ਇਹ ਸਰਕਾਰ ਦੀ ਗਲਤੀ ਹੈ, ਲੋਕਾਂ 'ਚ ਰੋਹ ਹੈ, ਲੋਕਾਂ ਦਾ ਇਕੱਠ ਹੋਊਗਾ। ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰੇ, ਅਸੀਂ ਤਾਂ ਇੱਥੋਂ ਤੱਕ ਕਹਿੰਦੇ ਹਾਂ ਇਕੱਲਾ ਉਹਨੂੰ ਰਿਹਾ ਨਾ ਕਰੇ, ਜਿਹੜੇ ਬੁੱਧੀਜੀਵੀ ਫੜੇ ਨੇ ਸੈਂਟਰ ਸਰਕਾਰ ਨੇ, ਜਿਹੜੇ ਸਿੰਘ ਬੰਦੀ ਅੰਦਰ ਨੇ, ਜਾਂ ਮੁਸਲਮਾਨ ਕੋਈ ਬੁੱਧੀ ਅੰਦਰ ਨੇ, ਜਾਂ ਹਿੰਦੂ ਬੁੱਧੀਜੀਵੀ ਅੰਦਰ ਨੇ, ਸਾਰਿਆਂ ਨੂੰ ਰਿਹਾ ਕੇ ਮੰਗ ਤਾਂ ਸਾਰੇ ਨਹੀਂ ਕਰਦੇ, ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ, ਜਿਹੜਾ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਅਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ 4 ਗੁਣਾ ਇਕੱਠ ਹੋਣਾ। ਪੂਰੀ ਲੋਕਾਂ ਦੀ ਤਿਆਰੀ ਹੈ, ਮੈਨੂੰ ਸਾਰੇ ਫੋਨ ਆਈ ਜਾਂਦੇ ਜਥੇਬੰਦੀਆਂ ਦੇ, ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਦੇ ਘਰ ਘੇਰੇ ਹੋਏ ਨੇ, ਸੀਲਬੰਦ ਕਰ। ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਾ, ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਤਾਂ ਭਾਨੇ ਸਿੱਧੂ ਨੂੰ ਰਿਹਾਅ ਕੀਤਾ ਜਾਵੇ, ਕਿਸੇ ਵੀ ਢੰਗ ਨਾਲ ਰਿਹਾਅ ਕੀਤਾ ਜਾਵੇ, ਤੇ ਨਹੀਂ ਉਹਨਾਂ ਚਿਰ ਦੋਲਣ ਜਾਰੀ ਰਹੂਗਾ। ਤੇ ਨੌਜਵਾਨਾਂ ਲਈ ਕੀ ਸੰਦੇਸ਼ ਬਾਪੂ ਜੀ, ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ, ਉਹਨਾਂ ਲਈ ਕੀ ਆ? ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ, ਉਹ ਸ਼ਾਂਤ ਰੱਖਣ, ਠੀਕ ਹੈ ਜੀ, ਔਰ ਦੋਲਣ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਦੇਣਾ ਚਾਹੀਦਾ, ਸਾਰੀਆਂ ਉਮਰਾਂ ਨਾਲ ਜੇ ਦੋਲਣ ਹਿੰਸਕ ਹੋ ਗਿਆ ਤਾਂ ਦੋਲਣ ਮੁੜ ਕੇ ਮਤਲਬ ਚੱਲਣਾ ਨੀਗਾ, ਦੋਲਣ ਨੂੰ ਸ਼ਾਂਤ ਰੱਖਣ, ਉੱਥੇ ਪਾਂਥੀ ਮਾਰ ਕੇ ਬਹਿ ਜਾਣ, ਸਾਡੇ ਘਰ ਕਿੰਨਾ ਕੁ ਚਿਰ ਘੇਰ ਲੈਣਗੇ, ਜੇ ਕੱਲ੍ਹ ਨੂੰ ਛੱਡ ਦੇਣਗੇ ਅਸੀਂ ਕੱਲ੍ਹ ਨੂੰ ਆ ਜਾਵਾਂਗੇ, ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਪੱਕ ਜਾਵਾਂਗੇ, ਕਦੋਂ ਵੀ ਇੱਕ ਸਾਡੇ ਘਰ ਨੂੰ ਸੁਣਨਾ ਛੱਡਣਗੇ ਅਸੀਂ ਉਦੋਂ ਜਾਵਾਂਗੇ, ਬਿਲਕੁਲ ਜਾਵਾਂਗੇ, ਨਹੀਂ ਹਟਾਂਗੇ ਜਾਏ ਬਣਾ।
ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੇ ਰਾਹੀਂ ਬੇਨਤੀ ਕਰਦਾ, ਉਹ ਹੁੱਲੜਬਾਜ਼ੀ ਨਾ ਕਰਨ। ਹੁੱਲੜਬਾਜ਼ੀ ਦੇ ਨਾਲ ਮਤਲਬ ਅੰਦੋਲਨ ਖਰਾਬ ਹੋ ਜਾਂਦਾ, ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ, ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ, ਸਾਰਾ ਭਾਈ ਭਾਈ ਹੁੰਦਾ ਵਿੱਚ, ਇੱਕ ਪਾਸੇ ਪੁਲਿਸ 'ਚ ਹੁੰਦਾ ਗਾ, ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ, ਕਿਉਂ ਰਾਜਨੀਤਿਕ ਲੋਕਾਂ ਦਾ ਕੁਛ ਨਹੀਂ ਵਿਗੜਦਾ। ਮੁੱਖ ਮੰਤਰੀ ਤਾਂ ਮੌਜ ਨਾਲ ਕੋਠੀ 'ਚ ਬੈਠਾ ਹੋਊਗਾ, ਉਹਦੇ ਤਾਂ ਕੋਈ ਟਰੋੜਾ ਨਹੀਂ ਵੱਜਣਾ, ਟਰੋੜਾ ਵੱਜਣਾ ਸਾਡੇ ਨੌਜਵਾਨਾਂ ਦੇ, ਪੁਲਿਸਾਂ ਦੇ, ਜੇ ਇਹਨਾਂ ਨੇ ਡਾਂਗਾ ਮਾਰਨੀਆਂ ਤਾਂ ਸਾਡੇ 'ਤੇ ਮਾਰਨੀਆਂ। ਮੈਂ ਨੌਜਵਾਨਾਂ ਨੂੰ ਦੁਬਾਰੇ ਫਿਰ ਬੇਨਤੀ ਕਰਦਾ, ਅੰਦੋਲਨ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ, ਕਿੰਨਾ ਕੁ ਚਿਰ ਘੇਰ ਕੇ ਬਹਾ ਲੈਣਗੇ, ਜਿੰਨਾ ਚਿਰ ਭਾਨੇ ਸਿੰਧੂ ਨੂੰ ਰਿਹਾਅ ਨਹੀਂ ਕਰਦੇ, ਸਾਡਾ ਅੰਦੋਲਨ ਮਤਲਬ ਬੰਦ ਨਹੀਂ ਹੋਊਗਾ, ਅਸੀਂ ਲੜੀ ਆਪਾਂ।